ਬਟਾਲਾ ਦੀ ਪਟਾਕਾ ਫੈਕਟਰੀ ਦੇ ਵਿੱਚ ਧਮਾਕਾ ਹੋਇਆ ਤਾਂ ਧਮਾਕੇ ਦੌਰਾਨ 23 ਲੋਕਾਂ ਦੀ ਮੌਤ ਹੋਈ, ਜਿਸ ਦੇ ਵਿੱਚ ਇੱਕ ਪਾਹੁਲਪ੍ਰੀਤ ਜਿਹੜਾ ਬੱਚਾ ਸੀਗਾ ਅਤੇ ਉਸ ਦੀ ਮਾਂ ਦੀ ਵੀ ਮੌਤ ਹੋਈ ਹੈ। ਉਹ ਸਕੂਟੀ ਤੋਂ ਉਸ ਥਾਂ ਤੋਂ ਗੁਜ਼ਰ ਰਹੇ ਸਨ ਅਤੇ ਇਸ ਵੇਲੇ ਅਸੀਂ ਪਾਹੁਲ ਦੇ ਘਰ ਮੌਜੂਦ ਹਾਂ। ਪਹਿਲਾਂ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ, ਕਿੰਨਾ ਪਿਆਰਾ ਬੱਚਾ ਸੀਗਾ ਪਾਹੁਲ, ਉਹਦੀ ਇਹ ਤਸਵੀਰ ਹੈ, ਉਹਨਾਂ ਦੇ ਘਰ ਦੇ ਵਿੱਚ ਇਹ ਲੱਗੀ ਹੋਈ ਤਸਵੀਰ। ਇਹ ਬੇਟਾ ਜਿਸ ਦੀ ਇਸ ਬਲਾਸਟ ਦੇ ਵਿੱਚ ਮੌਤ ਹੋਈ ਹੈ, ਇਹ ਆਪਣੀ ਮਾਤਾ ਜੀ ਦੇ ਨਾਲ, ਆਪਣੀ ਮੰਮੀ ਦੇ ਨਾਲ ਸਕੂਟੀ 'ਤੇ ਆ ਰਿਹਾ ਸੀਗਾ। ਇਹ ਉਹਨਾਂ ਦੇ ਮਦਰ ਅਤੇ ਫਾਦਰ ਨੇ ਅਤੇ ਹੁਣ ਜਿਹੜਾ ਨਾ ਤਾਂ ਪਾਹੁਲ ਅਤੇ ਨਾ ਉਹਨਾਂ ਦੀ ਮਦਰ ਜਿਹੜੀ ਇਸ ਸੰਸਾਰ ਦੇ ਵਿੱਚ ਨਹੀਂ ਰਹੇ, ਬੇਹੱਦ ਗਮਗੀਨ ਮਾਹੌਲ ਹੈ ਅਤੇ ਇਹ ਹਾਦਸੇ ਦੇ ਦੌਰਾਨ ਇਹਨਾਂ ਦੀ ਮੌਤ ਹੋ ਗਈ। ਇਹ ਬਿਲਕੁਲ ਇਸ ਫੈਕਟਰੀ ਦੇ ਗਵਾਂਢ ਦੇ ਵਿੱਚ ਰਹਿੰਦੇ ਨੇ ਅਤੇ ਕੱਲ੍ਹ ਜਦੋਂ ਇਹ ਹਾਦਸਾ ਹੁੰਦਾ ਤਾਂ ਇਹ ਸਕੂਟੀ ਤੋਂ ਆਪਣੇ ਘਰ ਵਾਪਸ ਆ ਰਹੇ ਸਨ। ਸਾਡੇ ਨਾਲ ਪਰਿਵਾਰਿਕ ਮੈਂਬਰ ਨੇ, ਕੀ ਨਾਮ ਬਾਈ ਜੀ ਤੁਹਾਡਾ? ਹਰਪ੍ਰੀਤ ਸਿੰਘ ਜੀ। ਤੁਹਾਡਾ ਕੌਣ ਲੱਗਦੇ ਸੀਗੇ? ਮੇਰਾ ਭਤੀਜਾ ਸੀ ਨਾਲ ਭਾਬੀ ਜੀ। ਅੱਛਾ, ਭਤੀਜਾ ਸੀਗਾ। ਇਹਦੇ ਨਾਮ ਪੂਰਾ ਕੀ ਸੀ ਜੀ? ਇਹ ਰਮਨਦੀਪ ਕੌਰ ਜੀ ਅਤੇ ਪਾਹੁਲਪ੍ਰੀਤ ਸਿੰਘ ਜੀ। ਅੱਛਾ, ਕਿਵੇਂ ਕਿਵੇਂ ਵਾਪਰਿਆ, ਕਿੱਦਾਂ ਇਹ ਘਰੋਂ ਗਏ ਸੀਗੇ ਪਹਿਲਾਂ, ਫਿਰ ਵਾਪਸ ਆਉਣ ਦਾ ਸੀਗਾ, ਕੀ ਕੁਝ ਹੋਇਆ? ਐਕਚੁਅਲੀ ਸਾਡੇ ਨਾ ਇੱਕ ਫਰੈਂਡ ਦੀ ਮੈਰਿਜ ਸੀ ਕੱਲ੍ਹ 7 ਤਰੀਕ ਨੂੰ, ਪਰਸੋਂ, ਅਤੇ ਸਾਰੀ ਸ਼ੋਪਿੰਗ ਉਸੇ ਚੱਲ ਰਹੀ ਸੀ। ਭਾਬੀ ਜੀ ਨੇ ਸ਼ੋਪਿੰਗ ਕਰਨ ਨਾਲ ਸਾਡਾ ਵੱਡਾ ਵੀਰ ਗਿਆ ਸੀ ਅਤੇ ਉਹ ਬੇਟੇ ਨੇ ਕਿਹਾ ਕਿ ਮੈਂ ਘਰ ਚੱਲਣਾ ਆ ਅਤੇ ਉਹ ਬੇਟੇ ਨੂੰ ਲੈ ਕੇ ਘਰ ਆ ਰਹੇ ਸੀ ਅਤੇ ਰਸਤੇ 'ਚ ਪ੍ਰਸ਼ਾਦਾ ਛਕਿਆ ਗੁਰਦੁਆਰਾ ਸਾਹਿਬ ਤੋਂ, ਉੱਥੇ ਵੀ ਉਹਨੇ ਪ੍ਰਸ਼ਾਦਾ ਨਹੀਂ ਛਕਿਆ ਕਿ ਘਰ ਜਾਣ ਦੀ ਜਿੱਦ ਕੀਤੀ। ਜਦੋਂ ਜਿੱਦ ਕੀਤੀ ਤਾਂ ਘਰ ਨੂੰ ਵਾਪਸ ਲੈ ਕੇ ਆ ਰਹੇ ਅਤੇ ਘਰ ਦਾ ਜਦੋਂ ਮੋੜ ਮੁੜੇ ਨੇ ਔਨ ਦੀ ਸਪੋਟ, ਉੱਥੇ ਤਕਰੀਬਨ 3 ਕੁ ਵਜੇ ਦੇ ਲਾਗੇ ਬਲਾਸਟ ਹੋਇਆ ਅਤੇ ਇਸ ਬਲਾਸਟ ਦੇ ਵਿੱਚ ਮਾਂ ਅਤੇ ਪੁੱਤ ਦੋਵੇਂ ਹੀ ਖਤਮ ਹੋ ਗਏ। ਅੱਛਾ, ਇਹ ਤਾਂ ਟ੍ਰੈਜਡੀ ਹੋਈ ਹੋਈ ਹੈ। ਇੱਕ ਸਾਨੂੰ ਜਿਹੜੀ ਗੱਲ ਅੱਡ ਪਤਾ ਲੱਗੀ ਹੈ ਕਿ ਰਾਤ, ਕਿਉਂਕਿ ਇਸ ਘਰ ਦੇ ਵਿੱਚ ਮਾਹੌਲ ਇਸ ਤਰ੍ਹਾਂ ਦਾ ਸੀਗਾ, ਕੋਈ ਚੋਰੀ ਦੀ ਵੀ ਵਾਰਦਾਤ ਹੋਈ ਹੈ? ਹਾਂਜੀ ਹਾਂਜੀ, ਸਾਰਾ ਪਰਿਵਾਰ ਜਦੋਂ ਐਡਾ ਵੱਡਾ ਹਾਦਸਾ ਹੋ ਗਿਆ, ਸਾਰੇ ਉਸ ਪਾਸੇ ਅਸੀਂ ਪਹਿਲਾਂ ਲੱਭਦੇ ਰਹੇ ਹਾਂ ਕਿ ਸਾਡਾ ਭਤੀਜਾ ਅਤੇ ਭਾਬੀ ਜੀ ਮਿਸਿੰਗ ਸੀ। ਅੱਛਾ, ਡੈਡ ਬੋਡੀ ਨਹੀਂ ਸੀ ਮਿਲੀ ਹੈਗੀ? ਸਾਨੂੰ ਡੈਡ ਬੋਡੀ ਦੋ ਕੇ ਪਤਾ ਲੱਗਿਆ ਕਿ ਉਹ ਮਲਬੇ ਹੇਠ ਨਿਕਲੇ, ਅਸੀਂ ਉਸ ਪਾਸੇ ਸਾਰੇ ਰੁੱਝੇ ਹੋਏ ਸੀਗੇ ਅਤੇ ਮਗਰੋਂ ਤਕਰੀਬਨ 3 ਵਜੇ ਦੇ ਆਸ ਪਾਸ ਦੇ ਦੁਪਹਿਰ ਦੇ ਟਾਈਮ ਹੀ ਇਹ ਚੋਰੀ ਹੋ ਚੁੱਕੀ ਸੀ। ਅੱਛਾ, ਮਤਲਬ ਤੁਸੀਂ ਸਾਰਾ ਪਰਿਵਾਰ ਜਿਹੜਾ ਇਹ ਉਹ ਆਪਣੇ ਬੱਚੇ ਨੂੰ, ਜਿਹੜਾ ਤੁਹਾਡਾ ਭਤੀਜਾ ਲੱਗਦਾ ਪਾਹੁਲ ਅਤੇ ਉਹਦੀ ਮਾਂ ਨੂੰ ਲੱਭ ਰਹੇ ਸੀਗੇ ਕਿ ਮਲਬੇ ਦੇ ਹੇਠੋਂ, ਅਤੇ ਉੱਧਰ ਸਾਰਾ ਪਰਿਵਾਰ ਇਸ ਗੱਲ ਦੇ ਵਿੱਚ ਬਿਜ਼ੀ ਸੀਗਾ ਅਤੇ ਪਿੱਛੋਂ ਚੋਰਾਂ ਨੇ ਤੁਹਾਡੇ ਘਰ ਦੇ ਵਿੱਚ ਕੀ ਚੋਰੀ ਹੋਏਗਾ? ਚੋਰੀ ਵੀਰ ਦਾ ਸਮਾਨ ਸੀਗਾ, ਭਾਬੀ ਜੀ ਦਾ ਗਹਿਣਾ ਗੁਣਾ ਸੀਗਾ, ਨਾਲ ਹੋਰ ਵੀ ਕੁਛ ਥੋੜ੍ਹੇ ਨਗਦੀ ਵੀ, ਤਕਰੀਬਨ 5-7 ਲੱਖ ਦਾ ਨੁਕਸਾਨ। ਤੁਹਾਨੂੰ ਕਦੋਂ ਪਤਾ ਲੱਗਿਆ ਇਸ ਗੱਲ ਦਾ ਕਿ ਸਾਡੇ ਚੋਰੀ ਹੋ ਗਈ? ਇਹ ਜਦੋਂ ਫਿਰ ਸਮਾਨ ਆਪਾਂ ਥੱਲੇ ਦੇਖਣ ਆਏ ਕਿ ਕੁਛ ਟੁੱਟਾ ਆ ਜਾਂ ਕੋਈ ਦਰਵਾਜ਼ਾ, ਜਦੋਂ ਇੱਥੇ ਆਣ ਕੇ ਕਮਰਾ ਖੋਲ੍ਹ ਕੇ ਦੇਖਿਆ ਇਹਨਾਂ ਨੇ, ਸਾਡੇ ਵੱਡੇ ਭਾਬੀ ਜੀ ਹੋਣਾਂ ਜਾਂ ਵੱਡੇ ਵੀਰ ਨੇ, ਅਤੇ ਵੇਖਿਆ ਕਿ ਇਹ ਸਮਾਨ ਸਾਰਾ ਖਿਲ ਰਿਹਾ ਪਿਆ ਅਤੇ ਚੋਰੀ ਹੋ ਚੁੱਕੀ ਹੈ। ਮਤਲਬ ਤੁਸੀਂ ਹਾਲ ਦੇਖੋ ਕਿ ਕਿਸੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਦਾ, ਉਹਨਾਂ ਦੇ ਬੱਚੇ ਦੀ ਮੌਤ ਹੁੰਦੀ ਆ, ਉਹਨਾਂ ਦੇ ਘਰ ਦਾ ਦੋ ਜੀ ਚਲੇ ਜਾਂਦੇ ਨੇ, ਅਤੇ ਪਿੱਛੋਂ ਲੋਕ ਕੀ ਕਰਦੇ ਨੇ ਕਿ ਇਸ ਥਾਂ 'ਤੇ ਮਕਾਨ ਖੁੱਲ੍ਹੇ ਹੋਣ ਦਾ ਫਾਇਦਾ ਚੁੱਕਦੇ ਨੇ ਅਤੇ ਜਿਹੜਾ ਗਹਿਣਾ ਗੱਟਾ ਹੁੰਦਾ ਹੈ, ਕੁਝ ਨਕਦੀ ਹੁੰਦੀ ਹੈ, ਉਹ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਤਸਵੀਰਾਂ ਤੁਹਾਨੂੰ ਇਹ ਦਿਖਾ ਦਿੰਦੇ ਹਾਂ, ਕੱਪਬੋਰਡ ਹੈ, ਅਲਮਾਰੀ ਹੈ ਜਿਹਦੇ ਵਿੱਚ ਕੁਝ ਸਮਾਨ ਇਹਨਾਂ ਦਾ ਕੀਮਤੀ ਰੱਖਿਆ ਹੋਇਆ ਸੀਗਾ। ਘੁੱਗ ਵੱਸ ਦਾ ਪਰਿਵਾਰ ਸੀਗਾ ਅਤੇ ਦੁੱਖਾਂ ਦਾ ਪਹਾੜ ਟੁੱਟਿਆ, ਅਤੇ ਦੁੱਖਾਂ ਦਾ ਪਹਾੜ ਤਾਂ ਟੁੱਟਿਆ ਹੀ ਟੁੱਟਿਆ, ਪਰ ਜਿਹੜਾ ਲੋਕਾਂ ਨੇ, ਪਤਾ ਨਹੀਂ ਕਿਹੜਾ ਇਸ ਤਰ੍ਹਾਂ ਦਾ ਬੰਦਾ ਹੋਵੇਗਾ, ਜਿਹੜਾ ਸ਼ਖਸ ਜਿਸਨੇ ਇਸ ਸਮੇਂ ਦਾ ਇੰਨਾ ਗਲਤ ਫਾਇਦਾ ਉਠਾਇਆ ਕਿ ਲਾਹਨਤਾਂ ਪਾ ਰਹੇ ਨੇ ਲੋਕ ਨੂੰ ਜੀ ਵੀ ਕਰਦਾ ਇਸ ਤਰ੍ਹਾਂ ਦੇ ਲੋਕਾਂ ਦੇ ਕਿ ਕਿਸੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ ਅਤੇ ਤੁਸੀਂ ਉਸੇ ਸਥਾਨ ਤੋਂ ਚੋਰੀ ਕਰੋ। ਘਰ ਖੁੱਲ੍ਹਾ ਸੀਗਾ, ਇਸ ਕਰਕੇ ਕਿਸੇ ਨੇ ਫਾਇਦਾ ਉਠਾਇਆ? ਹਾਂਜੀ, ਘਰ ਸਾਰਾ ਖੁੱਲ੍ਹਾ ਸੀ ਕਿਉਂਕਿ ਬਾਹਰਲੀ ਸਾਈਡ ਤੋਂ ਬਲਾਸਟ ਹੋਣ ਦੇ ਨਾਲ ਦਰਵਾਜ਼ੇ ਸਭ ਟੁੱਟ ਚੁੱਕਿਆ ਸੀ, ਖਿੜਕੀਆਂ ਦੇ ਸ਼ੀਸ਼ੇ ਟੁੱਟ ਚੁੱਕੇ ਸੀ, ਸਾਰਾ ਪਰਿਵਾਰ ਇਸੇ ਕਰਕੇ ਬਾਹਰ ਚਲਾ ਗਿਆ ਸੀ ਕਿ ਕੋਈ ਹੋਰ ਨੁਕਸਾਨ ਨਾ ਜ਼ਿਆਦਾ ਕੋਈ ਹੋਵੇ, ਅਤੇ ਸਾਰਾ ਬਾਹਰ ਓਪਨ ਹੋਣ ਕਰਕੇ ਜਿਹੜਾ ਮਰਜ਼ੀ ਉੱਪਰੋਂ ਦੀ ਛੱਤ ਥਾਣੀ ਕੋਈ ਆ ਰਿਹਾ ਸੀ, ਕੋਈ ਜਾ ਰਿਹਾ ਸੀ,
ਤੇ ਪਰਿਵਾਰ ਸਾਰਾ ਆਪਣੇ ਸਦਮੇ 'ਚ ਸੀਗਾ। ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਵੀ ਕੋਈ ਚੋਰੀ ਕਰੂਗਾ, ਇਸ ਬਾਰੇ ਖਿਆਲ ਵੀ ਹੈ ਨਹੀਂ ਕਿ ਕਮਰੇ 'ਚ ਕੀ ਕੁਛ ਹੈਗਾ ਜਾਂ ਕੌਣ ਗਿਆ ਕੌਣ ਨਹੀਂ ਨਹੀਂ ਗਿਆ। ਇਹਦੇ ਬਾਰੇ ਜਦੋਂ ਆਣ ਕੇ ਦੇਖਿਆ ਤਾਂ ਫਿਰ ਪਤਾ ਲੱਗਿਆ ਕਿ ਇਹ ਨੁਕਸਾਨ ਚੋਰੀ ਦਾ ਵੀ ਹੋ ਚੁੱਕਿਆ। ਕਿਹੜੀ ਕਲਾਸ 'ਚ ਪੜ੍ਹਦਾ ਸੀ ਬੱਚਾ ਅਤੇ ਕਿੰਨੇ ਸਾਲ ਦਾ ਸੀ? ਸੈਂਟ ਫ੍ਰਾਂਸਿਸ ਸਕੂਲ ਹਜੇ ਐਡਮਿਸ਼ਨ ਹੋਈ ਸੀ ਨਰਸਰੀ 'ਚ। ਕੁਝ ਤਸਵੀਰਾਂ ਹੋਰ ਵੀ ਨੇ ਜਿਹੜੀਆਂ ਪਾਹੁਲ ਦੀਆਂ ਕਮਰੇ ਦੇ ਵਿੱਚ ਲੱਗੀਆਂ ਹੋਈਆਂ ਨੇ, ਸ਼ਾਇਦ ਆਹ ਤਸਵੀਰ ਵੀ ਪਾਹੁਲ ਦੀ ਜਪਦੀ ਆ ਬੱਚਿਆਂ ਦੀ, ਛੋਟੇ ਬੱਚੇ ਦੀ ਤਸਵੀਰ। ਅੱਛਾ, ਇਹ ਤਸਵੀਰ ਹੋਰ ਹੈਗੀ ਸ਼ਾਇਦ। ਸੋ ਇਹ ਖਿਡੌਣੇ ਜਿਹੜੇ ਤੁਸੀਂ ਕੁਝ ਪਏ ਨੇ ਬੱਚਿਆਂ ਦੇ, ਆਹ ਆਹ ਖਿਡੌਣੇ ਨੇ ਛੋਟੇ ਬੱਚਿਆਂ ਦੇ, ਆਹ ਹੋਰ ਖਿਡੌਣੇ ਨੇ ਛੋਟੇ ਬੱਚਿਆਂ ਦੇ, ਬੱਚੇ ਖੇਡਦੇ ਨੇ, ਮਾਂ ਬਾਪ ਦੇ ਨਾਲ ਬੱਚਿਆਂ ਦਾ ਬਹੁਤ ਪਿਆਰ ਹੁੰਦਾ ਹੈ ਅਤੇ ਕੁਝ ਵੀ ਜਿਹੜੀ ਚੀਜ਼ ਦੀ ਜ਼ਰੂਰਤ ਮੰਗਦੇ ਨੇ ਬੱਚੇ ਉਹ ਦਿੱਤੀ ਜਾਂਦੀ ਹੈ, ਅਤੇ ਹੁਣ ਸਿਰਫ ਇਹ ਖਿਡੌਣੇ ਹੀ ਰਹਿ ਗਏ ਨੇ ਬੱਚਿਆਂ ਦੇ। ਪਾਹੁਲ ਬਹੁਤ ਦੂਰ ਚਲੇ ਗਿਆ, ਇਹ ਤਸਵੀਰ ਇੱਕ ਵਾਰੀ ਫਿਰ ਦਿਖਾਉਂਗੇ। ਤੁਸੀਂ ਵੀ ਇਸ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ? ਅੱਛਾ, ਕੀ ਨਾਮ ਹੈ ਤੁਹਾਡਾ? ਸਨੀ। ਅੱਛਾ, ਆ ਜਾਓ ਸਨੀ, ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਬਾਹਰ ਆ ਜਾਓ ਗਗਨ। ਸਨੀ, ਬਹੁਤ ਪਰਿਵਾਰ 'ਤੇ ਟ੍ਰੈਜਡੀ ਹੋਈ ਹੈ, ਦੁੱਖਾਂ ਦਾ ਪਹਾੜ ਟੁੱਟਿਆ, ਪਰ ਨੁਕਸਾਨ ਤਾਂ ਜਿਹੜਾ ਹੈਗਾ ਹੀ ਹੈਗਾ, ਜਿਹੜੇ ਜੀ ਚਲੇ ਗਏ ਉਹ ਤਾਂ ਨੁਕਸਾਨ ਹੈਗਾ ਹੀ ਹੈਗਾ, ਪਰ ਚੋਰੀ ਦੀ ਵੀ ਵਾਰਦਾਤ ਨਾਲ ਵਾਪਰੀ ਹੈਗੀ। ਹਾਂਜੀ, ਕੱਲ੍ਹ ਚੋਰੀ ਦੀ ਵਾਰਦਾਤ ਵਾਪਰੀ ਹੈ, ਜਿੱਥੇ ਸਾਨੂੰ ਪਤਾ ਲੱਗਿਆ ਕਿ ਇੱਦਾਂ ਆਪਾਂ ਵੀ ਹੋ ਗਏ, ਅਸੀਂ ਉੱਧਰ ਹੋ ਗਏ, ਸਾਨੂੰ ਭਾਈ ਦੌੜ ਉੱਧਰ ਪੈ ਗਈ, ਅਤੇ ਬਾਅਦ 'ਚੋਂ ਘਰ ਦਰਵਾਜ਼ੇ ਟੁੱਟ ਗਏ ਅਤੇ ਕਾਪੜ ਵਗੈਰਾ ਖੁੱਲ੍ਹੇ ਸੀ, ਲੋਕ ਨਹੀਂ ਸੀ, ਅਤੇ ਉਹਨਾਂ ਨੇ ਵਿੱਚੋਂ। ਇਸ ਤਰ੍ਹਾਂ ਦੀ ਗੱਲ ਵੀ ਹੈ ਕਿ ਪੁਲਿਸ ਨੇ ਰੋਕਿਆ ਹੋਵੇ ਕਿ ਤੁਸੀਂ ਘਰ 'ਚ ਖਤਰਾ ਨਾ ਜਾਇਓ ਹੋ, ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਕੋਈ ਹੈਗੀ? ਨਹੀਂ, ਇਸ ਤਰ੍ਹਾਂ ਦੀ ਇਹ ਵੀ ਗੱਲ ਸਮਝ ਸੀਗੀ ਆ ਰਹੀ ਕਿ ਪੁਲਿਸ ਨੇ ਕਿਹਾ ਸੀਗਾ ਕਿ ਹਾਲੇ ਤੁਹਾਡੇ ਖਤਰਾ ਹੈਗਾ ਕਿਉਂਕਿ ਇਮਾਰਤ ਨਾਲ ਲੱਗਦੀ ਹੈ ਕਿ ਤੁਸੀਂ ਘਰੇ ਨਾ ਜਾਇਓ। ਕੋਈ ਨਹੀਂ ਸੀ, ਦੂਰੋਂ ਆਉਂਦੇ ਸੀ, ਇੱਕ ਦੋ ਮੁਲਾਜ਼ਮ ਆਉਂਦੇ ਸੀ, ਸਾਈਡ 'ਤੇ ਚੱਲ ਜਾਂਦੇ, ਪਰਮਾਨੈਂਟ ਕੋਈ ਨਹੀਂ ਸੀ ਬੈਠਾ ਕਿ ਆਪਾਂ ਘਰ ਦੀ ਕੋਈ ਖਿਆਲ ਰੱਖ ਸਕੀਏ ਜਾਂ ਕਿਸੇ ਮੈਂਬਰ ਦਾ ਖਿਆਲ ਰੱਖ ਸਕੀਏ ਕਿ ਕੋਈ ਹੋਰ ਨੁਕਸਾਨ ਦੇ ਵਿੱਚ। ਤੁਹਾਨੂੰ ਮਨਾ ਕੀਤਾ ਸੀ ਪੁਲਿਸ ਨੇ ਵੀ ਹਜੇ ਘਰ 'ਚ ਨਾ ਜਾਓ? ਉਦੋਂ ਜਦੋਂ ਭੱਜ ਨੱਸ ਪਈ ਉਦੋਂ ਕਿਸੇ ਨੇ ਚੈਨ ਕੇ ਮਨਾ ਨਹੀਂ ਕੀਤਾ, ਬਾਅਦ ਦੇ ਵਿੱਚ ਜਦੋਂ ਆਏ ਨੇ, ਜਦੋਂ ਨੁਕਸਾਨ ਹੋ ਗਿਆ ਸੀ ਔਰ ਇਹ ਨੁਕਸਾਨ ਹੋ ਗਿਆ ਸੀ ਅਤੇ ਬਾਅਦ ਦੇ ਵਿੱਚ ਆਏ। ਚੋਰੀ ਪਹਿਲਾਂ ਹੀ ਹੋ ਚੁੱਕੀ ਸੀ? ਪਹਿਲਾਂ ਦੁਪਹਿਰੇ ਕੋਈ 4 ਵਜੇ ਦੇ ਲਗਭਗ ਹੋ ਚੁੱਕੀ ਸੀ। ਅੱਛਾ, ਚੋਰੀ ਉਸੇ ਟਾਈਮ ਹੋ ਜਾਂਦੀ ਹੈ ਜਿਸ ਟਾਈਮ ਤੁਸੀਂ ਬਲਾਸਟ ਦੇ ਵਿੱਚ ਉਲਝੇ ਹੋਏ ਹੋ, ਜਿਸ ਟਾਈਮ ਡੈੱਡ ਬਾਡੀ ਲੱਭ ਰਹੇ ਹੋ? ਜਦੋਂ ਬਾਡੀ ਮਿਲਦੀ ਹੈ ਸਾਰਾ ਪਰਿਵਾਰ ਇੱਕ ਹੋਰ ਵੱਡਾ ਦੁੱਖ ਡਿੱਗ ਪੈਂਦਾ ਕਿ ਸਾਡਾ ਹੀ ਪਰਿਵਾਰਕ ਮੈਂਬਰ ਆ, ਅਤੇ ਫਿਰ ਘਰ ਦਾ ਖਿਆਲ ਇਕਦਮ ਭੁੱਲ ਗਿਆ ਸੀਗਾ, ਅਤੇ ਉਸ ਦੌਰਾਨ ਹੀ ਇਹ ਸਭ ਕੁਛ ਹੋਇਆ। ਤੁਹਾਡਾ ਵਰਤ ਵਰਤਾਰਾ ਕਿਸ ਤਰ੍ਹਾਂ ਦਾ ਸੀਗਾ? ਫੈਕਟਰੀ ਵਾਲੇ ਵੀ ਕਿਉਂਕਿ ਤੁਹਾਡੇ ਗਵਾਂਢ ਦੇ ਵਿੱਚ ਹੀ ਰਹਿੰਦੇ ਸੀਗੇ, ਮੱਥੇ ਬਿਲਕੁਲ ਨਾਲ ਹੀ ਲੱਗਦਾ ਘਰ ਉਹਨਾਂ ਦਾ ਵੀ? ਉਹਨਾਂ ਨੂੰ ਇੱਕੋ ਰਿਕੁਐਸਟ ਕਰੀ ਸੀ ਕਿ ਇੱਥੋਂ ਇਹਨੂੰ ਚੁੱਕ ਲਓ, ਬੰਦ ਕਰ ਲਓ, ਇਹ ਨਹੀਂ ਸਹੀ, ਨੁਕਸਾਨ ਕਰੇਗਾ। 2 ਸਾਲ ਪਹਿਲਾਂ ਵੀ ਇੱਥੇ ਧਮਾਕਾ ਹੋਇਆ ਹੈ, ਉਦੋਂ 2 ਮੌਤਾਂ ਹੋਈਆਂ ਸੀਗੀਆਂ, ਉਹਨਾਂ ਕੋਲ ਲਾਇਸੈਂਸ ਵੀ ਨਹੀਂ ਹੈਗਾ, ਸਭ ਕੁਛ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਚੱਲ ਰਿਹਾ ਸੀਗਾ, ਬਹੁਤ ਵਾਰ ਰੌਲਾ ਪਿਆ, ਰਿਟਨ 'ਚ ਵੀ ਦਿੱਤਾ ਗਿਆ, ਇਹ ਕਲੋਨੀ ਦੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹ ਵੀ ਆਣ ਕੇ ਵਿੱਚ ਬੈਠੇ ਨੇ, ਪਰ ਕੁਛ ਨਹੀਂ, ਹਾਲੇ ਕੁਛ ਨਹੀਂ ਹੋਇਆ। ਦੇਖੋ ਕਿੰਨੀਆਂ ਮੌਤਾਂ ਹੋ ਗਈਆਂ ਉਸ ਕਾਰਨ ਕਰਕੇ, ਆਪ ਤਾਂ ਗਏ ਹੀ ਗਏ, ਤੁਹਾਡੇ ਘਰ ਦੀਆਂ ਵੀ 2 ਮੌਤਾਂ ਹੋਈਆਂ। ਸਭ ਕੁਛ ਰੋਕ ਹੋ ਸਕਦਾ ਇੱਕ ਵਾਰ ਜੇ ਸਾਡਾ ਪ੍ਰਸ਼ਾਸਨ ਜਾਗ ਜਾਂਦਾ ਟਾਈਮ ਨਾਲ। ਪ੍ਰਸ਼ਾਸਨ ਕਹਿੰਦਾ ਕਿ ਮੁਆਵਜ਼ੇ ਦੇ ਦਾਂਗੇ, ਅਸੀਂ ਇੱਦਾਂ ਕਰ ਦਾਂਗੇ, ਅਸੀਂ ਉੱਦਾਂ ਕਰ ਦਾਂਗੇ, ਮੌਤਾਂ ਦਾ ਕੀਮਤਾਂ ਦਾ ਮੁੱਲ ਲਾਉਣ ਡੇ ਬਸ। ਅੱਜ ਵੀ ਜਿਹੜੀਆਂ ਕੁਝ ਜਿਹੜੀਆਂ ਟੀਮਾਂ ਨੇ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ, ਤੁਹਾਨੂੰ ਦੇਖ ਰਹੇ ਹਾਂ ਕਿ ਜਾਂਚ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਹੈ ਇਸ ਘਰ ਦੇ ਵਿੱਚ। ਤੁਹਾਨੂੰ ਤਸਵੀਰਾਂ ਅਸੀਂ ਵੀ ਦਿਖਾ ਦਿੰਦੇ ਹਾਂ ਕਿਉਂਕਿ ਨਾਲ ਨਾਲ ਜਿਹੜਾ ਇਹ ਟੀਮਾਂ ਆਈਆਂ ਨੇ ਤਾਂ ਜੋ ਨੁਕਸਾਨ ਦਾ ਜਿਹੜਾ ਜਾਇਜ਼ਾ ਲਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦਾ ਨੁਕਸਾਨ ਜਿਹੜਾ ਆਰਥਿਕ ਤੌਰ 'ਤੇ ਹੋਇਆ, ਪਰ ਜਿਹੜਾ ਮਾਲੀ ਨੁਕਸਾਨ ਹੋਇਆ ਉਹਦੀ ਕੋਈ ਭਰਪਾਈ ਨਹੀਂ ਹੋ ਸਕਦੀ। ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਸ ਫੈਕਟਰੀ ਵਾਲੀ ਥਾਂ ਤੋਂ ਬਿਲਕੁਲ ਨਾਲ ਦੀਆਂ ਨਾਲ ਇਹ ਤਸਵੀਰਾਂ ਨੇ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। ਐਟ ਪਿਰਾਮਿਡ ਦ ਓਨਲੀ ਥਿੰਗ ਦੈਟ ਇਨਸਪਾਇਰਸ ਅਸ ਦ ਮੋਸਟ ਇਜ਼ ਆਰ ਕਸਟਮਰ ਐਂਡ ਵੀ ਆਰ ਟੋਟਲੀ ਕਮਿਟਡ ਟੂ ਦ ਸਕਸੈਸ ਆਫ ਆਰ ਸਟੂਡੈਂਟਸ ਐਂਡ ਕਸਟਮਰਸ।
ਪਿਰਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। ਪਿਰਮਿਡ ਵੀਜ਼ਾ ਇੱਕ ਵਧੀਆ ਜ਼ਿੰਦਗੀ ਲਈ।